ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ। ਟਾਈਮ ਤਕਰੀਬਨ 9:15 ਦਾ ਹੋ ਚੁੱਕਿਆ। ਲਾਈਟਿੰਗ ਔਨ ਕਰ ਲਈਏ ਪਹਿਲਾਂ ਤਾਂ, ਕਿਉਂਕਿ ਬਾਹਰ ਮੌਸਮ ਥੋੜ੍ਹਾ ਜਿਹਾ ਖਰਾਬ ਹੋ ਚੁੱਕਿਆ ਜੀ ਨਾ, ਥੋੜ੍ਹਾ ਹਨੇਰਾ ਹਨੇਰਾ ਜਿਹਾ ਹੋ ਗਿਆ। ਬਾਰਿਸ਼ ਥੋੜ੍ਹੀ ਥੋੜ੍ਹੀ ਹੋ ਰਹੀ ਆ ਅਤੇ ਦੱਸੀ ਵੀ ਹੋਈ ਆ ਵੈਸੇ 2 ਦਿਨ ਲਈ। ਔਰ ਅੱਜ ਮੈਂ ਜਾਣਾ ਸੀ ਆਪਣੀ ਦਵਾਈ ਦੇ ਲਈ, ਬਟ ਹੁਣ ਬਾਰਿਸ਼ ਹੋਣ ਲੱਗ ਗਈ ਅਤੇ ਫਿਰ ਮੈਨੂੰ ਲੱਗਦਾ ਕਿ ਮੈਨੂੰ ਹੁਣ ਕੈਂਸਲ ਕਰਨਾ ਪੈਣਾ ਹੈ। 1-2 ਦਿਨ ਫਿਰ ਪੈਂਡਿੰਗ 'ਤੇ ਪੈ ਜਾਣਾ ਕੰਮ, ਕਿਉਂਕਿ ਇੰਦਰਜੀਤ ਨੇ ਵੀ ਜ਼ਰੂਰੀ ਜਾਣਾ ਹੈ, ਉਹਨਾਂ ਨੇ ਸੰਗਰੂਰ ਸਾਈਡ ਦੇ, ਅਤੇ ਸੋਫੇ ਵਗੈਰਾ ਦੇਣੇ ਹੁੰਦੇ ਅਤੇ 3-4 ਦਿਨ ਲੱਕੜ ਆਉਂਦੀ ਰਹਿੰਦੀ ਹੈ ਉੱਧਰੋਂ। ਔਰ ਫਿਰ ਉਹਨਾਂ ਨੇ ਲੱਕੜ ਲੈਣ ਲਈ ਜਾਣਾ ਆ, ਉਹਨਾਂ ਦਾ ਵੀ ਜ਼ਰੂਰੀ ਹੈ ਜਾਣਾ, ਨਹੀਂ ਤਾਂ ਫਿਰ ਉਹ ਦਵਾ ਲਿਆਉਂਦੇ ਮੈਨੂੰ ਦਵਾਈ। ਅਤੇ ਬਾਕੀ ਉਹ ਹੋਸਪਿਟਲ ਦੇ ਵਿੱਚ ਇੰਨਾ ਟਾਈਮ ਰੁਕ ਵੀ ਨਹੀਂ ਸਕਦੇ ਹੈਗੇ ਜਿੰਨਾ ਮੈਨੂੰ ਉੱਥੇ ਲੱਗ ਜਾਂਦਾ ਆ। ਚਲੋ ਕੋਈ ਗੱਲ ਨਹੀਂ, 1-2 ਦਿਨ ਪੈਂਡਿੰਗ ਦੇ ਪਾ ਲੈਂਦੇ ਹਾਂ। ਬਟ ਮੇਰੇ ਕੋਲ ਫੀਵਰ ਦੀ ਹੈਗੀ ਹੈ ਦਵਾਈ, ਰਾਤ ਵੀ ਖਾਧੀ ਅਤੇ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਮਤਲਬ ਲੇਜ਼ੀ ਜਿਹਾ ਫੀਲ ਹੋ ਰਿਹਾ, ਟਾਈਟ ਜਿਹਾ ਫੀਲ ਹੋ ਰਿਹਾ। ਅਤੇ ਹੁਣ ਫਿਰ ਆਪਾਂ ਬ੍ਰੇਕਫਾਸਟ ਕਰਕੇ ਆਪਣੀ ਦਵਾਈ ਲੈ ਕੇ ਅੱਜ ਪੂਰਾ ਦਿਨ ਰੈਸਟ ਕਰਾਂਗੇ ਅਤੇ ਇੰਜੋਏ ਕਰਾਂਗੇ ਬਾਰਿਸ਼ ਵਾਲਾ ਮੌਸਮ। ਸੋ ਮੈਂ ਹੋ ਗਈ ਹਾਂ ਜੀ ਹੁਣ ਰੈਡੀ, ਅਤੇ ਹੁਣ ਆਪਾਂ ਚੱਲਦੇ ਹਾਂ ਨੀਚੇ। ਪਹਿਲਾਂ ਮੈਂ ਗਰਮੀ ਵਾਲੇ ਸਟੱਫ ਵਾਲਾ ਫਰੋਕ ਸੂਟ ਜਿਹਾ ਕੱਢਿਆ, ਉਹ ਪਾਇਆ। ਫਿਰ ਜਦੋਂ ਮੈਂ ਬਾਹਰ ਮੌਸਮ ਦੇਖਿਆ ਬਲਾਈਂਡਸ ਚੱਕ ਕੇ, ਅਤੇ ਬਾਹਰ ਦਾ ਮੌਸਮ ਦੇਖ ਕੇ ਫਿਰ ਤੋਂ ਆਪਾਂ ਨੂੰ ਬੁਲਨ ਪਾਉਣੀ ਪੈ ਗਈ, ਅਤੇ ਫਿਰ ਮੈਂ ਬੁਲਨ ਵਾਲਾ ਕੋਟ ਸੈੱਟ ਜਿਹਾ ਕੱਢ ਕੇ ਪਾ ਲਿਆ ਕਿ ਚਲੋ ਅੱਜ ਘਰ ਹੀ ਹਾਂ। ਔਰ ਚਲੋ ਫਿਰ ਚੱਲੀਏ ਨੀਚੇ ਜੀ। ਟਾਈਮ 2:30 ਵੱਜ ਗਏ ਨੇ ਅਤੇ ਅੱਜ ਆਪਾਂ ਨਾ ਸੁੱਤੀ ਨਾ ਕੱਤਿਆ, ਉਹ ਵਾਲਾ ਕੰਮ ਕੀਤਾ, ਕਿਉਂਕਿ ਕਦੇ ਕੋਈ ਆ ਜਾਂਦਾ ਸਾਡੇ ਕੋਲ, ਕਦੇ ਕੋਈ ਆ ਜਾਂਦਾ ਸੀਗਾ, ਬਸ ਇੱਦਾਂ ਹੀ ਨਿਕਾਲ ਅੱਧਾ ਦਿਨ ਆਪਾਂ ਨੇ, ਹੱਥ ਰਹਿੰਦਾ ਅੱਧਾ ਦਿਨ। ਹੁਣ ਸਾਡਾ ਹੋ ਗਿਆ ਚਾਹ ਦਾ ਟਾਈਮ, ਤਿਆਰੀ ਹੋ ਰਹੀ ਹੈ ਇੱਧਰ ਚਾਹ ਦੇ ਨਾਲ। ਵਾਹ ਵੀ ਵਾਹ, ਕਿੰਨਾ ਕੁਛ ਆ ਚਾਹ ਦੇ ਨਾਲ ਖਾਣ ਨੂੰ, ਜਲੇਬੀਆਂ, ਲੱਡੂ, ਬਰਫੀ, ਪਕੌੜੇ, ਪਕੌੜੀਆਂ। ਬਸ ਇੱਕ ਸਾਡਾ ਆਹ ਟਾਈਮ ਹੁੰਦਾ ਚਾਹ ਦਾ ਕਿ ਇਸ ਟਾਈਮ ਸਾਨੂੰ ਕੋਈ ਨਾ ਬੁਲਾਵੇ, ਆਰਾਮ ਨਾਲ ਬੈਠ ਕੇ ਅਸੀਂ 1 ਘੰਟਾ ਲਾ ਕੇ ਚਾਹ ਪੀਣੀ ਹੁੰਦੀ ਆ, ਗੱਲਾਂ ਬਾਤਾਂ ਕਰਦਿਆਂ ਨੇ। ਅਤੇ ਉੱਧਰ ਕਸਟਮਰ ਆਏ ਸੀਗੇ, ਆਪਾਂ ਗਏ ਅਤੇ ਮਿਲ ਕੇ ਆ ਗਏ। ਪ੍ਰੀਤ ਕਰ ਰਹੀ ਆ ਅਟੈਂਡ, ਬਾਅਦ ਵਿੱਚ ਜਾਵਾਂਗੇ, ਜਦ ਤੱਕ ਚਾਹ ਪੀ ਲਈਏ ਆਪਾਂ। ਚਾਹ ਦੇ ਨਾਲ ਜਲੇਬੀਆਂ, ਪਕੌੜੇ, ਲੱਡੂ, ਬਰਫੀ, ਪਕੌੜੀਆਂ ਔਰ ਚਾਹ ਸਾਡੀ ਤਿੰਨਾਂ ਦੀ। ਅਤੇ ਨਾਲ ਆਪਾਂ ਕਰ ਰਹੇ ਹਾਂ ਅਟੈਂਡਸ ਬਣਾਉਣ ਦਾ ਕੰਮ, ਸਾਰਿਆਂ ਦੀਆਂ ਡਾਇਰੀਆਂ ਪਈਆਂ ਨੇ ਇੱਥੇ, ਅਟੈਂਡਸ ਵੀ ਬਣਾਉਂਦੇ ਹਾਂ ਕਿ ਸਾਰਿਆਂ ਸੋਰੀ ਸੈਲਰੀ ਬਣਾਉਂਦੇ ਹਾਂ, ਅਟੈਂਡਸ ਦੇਖ ਕੇ ਸਾਰਿਆਂ ਨੂੰ ਸੈਲਰੀ ਮਿਲਣੀ ਅੱਜ। ਜਸਵਿੰਦਰ ਨੂੰ ਤਾਂ ਮਿਲ ਗਿਆ ਚੈੱਕ, ਲਾ ਦੀ ਹੁਣ ਕੱਲ ਨੂੰ। ਡਿਨਰ ਕਰਕੇ ਹੋ ਗਿਆ ਫ੍ਰੀ, ਪੂਰੇ ਫ੍ਰੀ ਤਾਂ ਹੋਏ ਨਹੀਂ ਹੈਗੇ ਕਿਉਂਕਿ ਹਜੇ ਮਸ਼ੀਨ ਲਾਈ ਹੋਈ ਆ। ਬਸ ਕੱਲ ਹੀ ਨਹੀਂ ਮੈਂ ਮਸ਼ੀਨ ਲਗਾਈ ਸੀਗੀ ਅਤੇ ਇੰਨੇ ਸਾਰੇ ਕੱਪੜੇ ਹੋ ਗਏ ਕਿ ਮੈਂ 2 ਟਾਈਮ ਧੋ ਕੇ 3 ਟਾਈਮ ਲਗਾਏ ਆਈਆਂ ਉਹਨੂੰ ਮਸ਼ੀਨ ਨੂੰ, ਅਤੇ 4th ਟਾਈਮ ਲਗਾਉਣੀ ਆ, ਬਟ ਮੋਰਨਿੰਗ ਲਗਾਉਂਗੀ, ਹੁਣ ਨਹੀਂ ਲਗਾਉਂਦੀ ਹੈਗੀ ਮੈਂ। ਅਤੇ ਸੋ ਉਹ ਵਾਲੇ ਕੱਪੜੇ ਕੱਢ ਕੇ ਫਿਰ ਆਪਾਂ ਟੋਟਲੀ ਫ੍ਰੀ ਹਾਂ। ਔਰ ਇੰਦਰਜੀਤ ਵੀ ਨਹੀਂ ਅੱਜ ਖੇਡਣ ਲਈ ਗਏ ਕਿਉਂਕਿ ਬਾਹਰ ਹੋ ਰਹੀ ਆ ਥੋੜ੍ਹੀ ਥੋੜ੍ਹੀ ਬਾਰਿਸ਼, ਤਾਂ ਕਰਕੇ ਆਪਾਂ ਡਿਨਰ ਕਰਕੇ ਹੋਏ ਹਾਂ ਫ੍ਰੀ। ਆ ਕੀ ਹੋ ਰਿਹਾ ਜੇ, ਕਿਆ ਹੋ ਰਿਹਾ ਹੈ ਬਾਈ, ਜੇ ਕਿਆ ਹੋ ਰਿਹਾ ਹੈ, ਆਹ ਦੁੱਧ ਪੀਣ ਦਾ ਕਿਹੜਾ ਸਟਾਈਲ, ਖੜਾ ਖੜਾ ਨੀਚੇ ਬੈਠ ਗਿਆ। The next day. Good morning, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸੋ ਸ਼ੁਰੂਆਤ ਕਰਨ ਲੱਗੇ ਹਾਂ ਜੀ ਅੱਜ ਦੇ ਬਲੌਗ ਦੀ। ਅੱਜ ਦੇ ਦਿਨ ਦੀ ਟਾਈਮ 9:15 ਦਾ ਹੋ ਚੁੱਕਿਆ ਅਤੇ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਕਿ ਆਪਾਂ ਨੂੰ ਸਰਦੀਆਂ ਵਾਲੇ ਕੱਪੜੇ ਫਿਰ ਤੋਂ ਵਾਪਸ ਕੱਢਣੇ ਪੈ ਰਹੇ ਨੇ। ਬਟ ਮੈਨੂੰ
ਜਿੰਨੀ ਕੁ ਜ਼ਰੂਰਤ ਹੈ ਉਨਾ ਉਨੇ ਕੁ ਕੱਢਦੇ ਹਾਂ ਆਪਾਂ ਫਿਰ ਵੀ। ਅਤੇ ਵੈਸੇ ਤਾਂ ਅਲਮੀਰਾ ਦੇ ਵਿੱਚ ਹੀ ਹੁੰਦੇ ਨੇ ਮੇਰੇ ਸਾਰੇ ਕੱਪੜੇ, ਸਰਦੀ ਗਰਮੀ ਸਾਰੇ। ਔਰ ਜੋਨ ਭਾਈ ਸਾਹਿਬ ਵੀ ਰੈਡੀ ਅਤੇ ਉਹਨਾਂ ਦੀਆਂ ਵੀ ਟੋਪੀਆਂ ਦੁਬਾਰਾ ਨਿਕਲ ਆਈਆਂ ਕਹਿੰਦੇ। ਹੈਂ ਠੰਡ ਹੋ ਗਈ ਨਾ, ਟੋਪੀ ਅਸੀਂ ਦੁਬਾਰਾ ਕੱਢ ਲਈ ਫਿਰ। ਹਜੇ ਅਸੀਂ ਇੰਨੀ ਲੁਕੋ ਕੇ ਰੱਖੀ ਵੀ ਨਹੀਂ ਸੀਗੀ, ਹੈ ਨਾ, ਕਿਉਂਕਿ ਬੱਚਿਆਂ ਦੇ ਵੀ ਸੇਮ ਉੱਦਾਂ ਹੀ ਕੱਪੜੇ ਅਲਮੀਰਾ ਦੇ ਵਿੱਚ ਹੀ ਹੁੰਦੇ ਨੇ, ਗਰਮੀ ਦੇ ਸਰਦੀ ਦੇ ਜੋ ਵੀ ਮਰਜ਼ੀ। ਅਤੇ ਮੈਂ ਇੱਕ ਵਿਚਾਰੀ ਗਈ ਹੈ ਸਕੂਲ ਇੰਨੀ ਠੰਡ ਦੇ ਵਿੱਚ, ਉਹਨੂੰ ਛੁੱਟੀ ਨਹੀਂ ਸੀਗੀ, ਇਹਨੂੰ ਸੈਟਰਡੇ ਛੁੱਟੀ ਹੁੰਦੀ ਹੈ ਬਟ ਮੈਂ ਕਿਹਨੂੰ ਨਹੀਂ ਹੁੰਦੀ, ਉਹ ਗਈ ਹੈ ਸਕੂਲ। ਉਹਦੀ ਤਬੀਅਤ ਵੀ ਥੋੜ੍ਹੀ ਖਰਾਬ ਸੀਗੀ ਬਟ ਮੰਡੇ ਨੂੰ ਉਹਦਾ ਪੇਪਰ ਹੈ ਅਤੇ ਤਾਂ ਕਰਕੇ ਰਿਵੀਜ਼ਨ ਹੋਣ ਕਰਕੇ ਆਪਾਂ ਛੁੱਟੀ ਵੀ ਨਹੀਂ ਕਰਵਾ ਸਕਦੇ ਹੈਗੇ। ਚਲੋ ਕੋਈ ਗੱਲ ਨਹੀਂ, ਘਰ ਤਾਂ ਵੈਸੇ ਵੀ ਇਹਨਾਂ ਲੜਨਾ ਹੀ ਸੀ ਦੋਨਾਂ ਨੇ, ਕੁਛ ਨਹੀਂ ਕਰਨਾ ਸੀਗਾ। ਇਸ ਲਈ ਇੱਕ ਤਾਂ ਫਿਰ ਸਕੂਲ, ਕਿਉਂਕਿ ਇਹਨੇ ਤਾਂ ਸਵੇਰੇ ਸਵੇਰੇ ਸ਼ੁਰੂਆਤ ਕਰ ਵੀ ਲਈ ਹੈ ਥੱਪੜਾਂ ਤੋਂ, ਹੈ ਨਾ, ਪੈ ਗਈਆਂ ਨਾ ਸਵੇਰੇ ਸਵੇਰੇ, ਹੈ ਨਾ, ਕਿੰਨੇ ਪੈ ਗਏ, ਦੋ, ਹੁਣ ਤਾਂ ਆਵਾਜ਼ ਵੀ ਨਿਕਲਦੀ, ਦੋ ਦੋ ਪੈ ਗਈਆਂ। ਸਾਡੀ ਵੀ ਅੱਜ ਪਲੈਨਿੰਗ ਸੀਗੀ ਖੰਨੇ ਜਾਣ ਦੀ ਬਟ ਆਪਾਂ ਥੋੜ੍ਹੀ ਚੇਂਜ ਕਰ ਦਿੱਤੀ ਹੈ। ਹੁਣ ਖੰਨੇ ਆਪਾਂ ਜਾਵਾਂਗੇ ਮੰਡੇ ਜਾਂ ਟਿਊਜ਼ਡੇ। ਹੁਣ ਆਪਾਂ ਅੱਜ ਘਰ ਬੈਠ ਕੇ ਹੀ ਮੌਸਮ ਦੇ ਨਜ਼ਾਰੇ ਲੈਂਦੇ ਹਾਂ। ਅੱਜ ਪਕੌੜੇ ਮੰਗਵਾਉਂਦੇ ਹਾਂ ਯਾਰ, ਕੈਂਡ ਵਾਲੇ ਪਕੌੜੇ ਖਾਂਦੇ ਹਾਂ ਅੱਜ। ਜਸਵਿੰਦਰ ਦਾ ਬਰਥਡੇ ਵੀ, ਅੱਜ ਜਸਵਿੰਦਰ ਨੂੰ ਕਹਿੰਦੇ ਅੱਜ ਉਹਨੇ ਸਮੋਸੇ ਖਵਾਉਣੇ ਨੇ, ਵੀ ਸਮੋਸੇ ਨੀ ਪਕੌੜੇ ਖਵਾ। ਅਤੇ ਪਕੌੜੇ ਸ਼ਕੌੜੇ ਖਾਵਾਂਗੇ ਅੱਜ ਮੌਸਮ ਦੇ ਨਜ਼ਾਰੇ। ਮਹਿੰਦੀ ਜਦੋਂ ਹੱਥਾਂ 'ਤੇ ਲਗਾਉਂਦੇ ਨੇ ਤਾਂ ਕਿੰਨੀ ਸੋਹਣੀ ਲੱਗਦੀ ਹੈ, ਹੁਣ ਉੱਤਰ ਰਹੀ ਆ, ਕਿੰਨੀ ਬੁਰੀ ਲੱਗ ਰਹੀ ਆ। ਅਤੇ ਮੈਨੂੰ ਇਹ ਜਲਦੀ ਜਲਦੀ ਉੱਤਰ ਜਾਵੇ, ਘਰ ਬਲੀਚ ਵੀ ਨਹੀਂ ਪਈ ਹੈਗੀ, ਨਹੀਂ ਤਾਂ ਮੈਂ ਬਲੀਚ ਲਗਾ ਕੇ ਸਾਰੀ ਰਿਮੂਵ ਕਰ ਦੇਣੀ ਸੀ। ਕੱਲ੍ਹ ਲਗਾਈ ਆਪਾਂ ਨਿਊ ਨੇਲ ਪੇਂਟ, ਨਿਊ ਲੈ ਕੇ ਆਉਂਦੀ ਆਪਾਂ ਇਹ ਯੂਡੀਓ ਦੇ ਸਟੋਰ ਤੋਂ, ਮੈਟ ਦੇ ਵਿੱਚ ਹੈ ਇਹ। ਇਹਦੇ ਉੱਪਰ ਆਪਾਂ ਉਹ ਲਗਾਇਆ ਹੋਇਆ, ਮਤਲਬ ਗਲਾਸ ਵਾਲੀ ਜਿਹੜੀ ਹੁੰਦੀ ਆ ਉਹਦੇ ਨਾਲ ਥੋੜ੍ਹੀ ਸ਼ਾਈਨ ਕਰ ਰਹੀ ਆ, ਉੱਦਾਂ ਮੈਟ ਵਾਲੀ ਹੈ ਇਹ, ਮੈਟ ਔਰ ਸ਼ਿਮਰ, ਸ਼ਿਮਰ ਇਹਦੇ ਵਿੱਚ ਹੀ ਹੈ। ਅੱਛਾ ਕਲਰ ਲੱਗ ਰਿਹਾ, ਨੇਲ ਵੱਧ ਗਏ। ਇੱਕ ਫੋਟੋ ਆਪਾਂ ਨੇ ਕਰ ਦਿੱਤੀ ਹੈ ਸੈੱਟ ਇੱਥੇ, ਥੋੜ੍ਹੀ ਜਿਹੀ ਸਫਾਈ ਹੋਣ ਵਾਲੀ ਹੈ ਸ਼ੀਸ਼ਿਆਂ ਦੀ, ਵੈਸੇ ਤਾਂ ਆਪਾਂ ਕਰਤੀ ਜਿੰਨੀ ਕੁ ਹੋਈ, ਬਾਕੀ ਦੀ ਕੱਲ੍ਹ ਕਰਾਂਗੇ ਫ੍ਰੀ ਟਾਈਮ ਦੇ ਵਿੱਚ। ਅਤੇ ਇੱਕ ਫੋਟੋ ਆਪਾਂ ਕਿਤੇ ਹੋਰ ਸੈੱਟ ਕਰਾਂਗੇ। ਇੱਥੇ ਭਾਂਡੇ ਪਏ ਸੀ ਕਾਫੀ ਦੇਰ ਦੇ ਮੇਰੇ, ਸਾਂਭ ਕੇ ਰੱਖੇ ਹੋਏ, ਉਹ ਸਾਰੇ ਆਪਾਂ ਬੱਚਿਆਂ ਦੇ ਅਤੇ ਖੇਡਣ ਦੇ ਲਈ। ਇਹ ਦੇਖੋ ਲਾਈਟਿੰਗ ਲਗਾ ਕੇ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਇੱਥੇ ਫੋਟੋ ਦੀ, ਬਹੁਤ ਸੋਹਣੀ ਲੱਗ ਰਹੀ ਹੈ ਇੱਥੇ ਲਾਈਟਿੰਗ ਦੇ ਵਿੱਚ ਫੋਟੋ ਦੇਖੋ, ਨਾਲ ਹੰਸਾਂ ਦਾ ਜੋੜਾ, ਫੋਟੋ 'ਚ ਵੀ ਹੰਸਾਂ ਦਾ ਜੋੜਾ, ਇੱਕ ਨਾਲ ਹੰਸਾਂ ਦਾ ਜੋੜਾ ਬਿਠਾ ਤਾ। ਆ ਲਾਲੀ ਨੂੰ ਚਾਅ ਚੜਿਆ ਹੋਇਆ, ਪਤਾ ਨੀ ਕਾਹਦਾ ਚੜ ਗਿਆ ਚਾਅ ਚੜਿਆ, ਮੈਨੂੰ ਵੀ ਭਾਬੀ ਨੇ ਫਾਰ ਲੈ ਗਈ, ਪੈਸਟ ਲੈ ਲਈ ਆਇਆ, ਥੋੜੇ ਦਿਨਾਂ ਜੀ ਆਪਾਂ ਜਾ ਕੇ ਸੋਹਾ ਦੇ ਦਾਂਗੇ, ਮੈਂ ਜਦੋਂ ਘਰੋਂ ਆਉਣਾ ਸਵੇਰੇ ਸਾਜਰੀ ਗੇੜਾ ਲਾਉਣੇ ਆਉਣਾ, ਮੈਨੂੰ ਔਖਾ ਹੁੰਦਾ, ਇਸ ਕਰਕੇ ਫਿਰ ਆਪਾਂ ਸਾਹ ਨਹੀਂ ਲੈ ਕੇ ਆਉਣਾ ਪੈਂਦਾ। ਬਾਲ ਕਿੱਧਰ ਨੂੰ ਗਏ ਮੇਰੇ, ਲਓ ਵੀ ਆਪਾਂ ਟਰਾਈ ਲੈਣ ਲੱਗੇ ਹਾਂ ਥਾਰ ਦੀ, ਜੋਵਨ ਕੀ ਕਹਿਣਾ, ਹੈ ਓਕੇ ਜਾਂ ਨਹੀਂ? ਇਹ ਤਾਂ ਬਿਲਕੁਲ ਨਾ ਮੋਨਸਟਰ ਵਾਂਗੂ ਫੀਲ ਦੇ ਰਹੀ ਹੈ। ਜੋਵਨ ਕਿਵੇਂ ਲੱਗਦੀ ਆ? ਉਹ ਛੋਟੀ ਜੀ ਆ ਪਿੱਛੋਂ, ਬਟ ਇੰਦਰਜੀਤ ਨੇ ਮੈਨੂੰ ਗਿਫਟ ਕਰਨੀ ਹੈ, ਹੈ ਨਾ ਇੰਦਰਜੀਤ, ਹੈ ਮੈਨੂੰ ਗਿਫਟ ਕਰਨੀ ਹੈ ਤੁਸੀਂ,
ਦੇਖਿਆ ਐ ਜਾ ਘਰ ਵਾਲਾ ਰੱਬ ਸਭ ਨੂੰ ਦਵੇ ਕਹਿੰਦਾ ਆਟੋ ਲੈ ਦੇਣੀ ਆ ਜੇ ਹੁਣ ਤਾਂ ਇਹ ਵੀ ਕਹੀ ਆ ਵੀ ਛੋਟੀ ਗੱਡੀ ਮੇਰੇ ਤੋਂ ਚੱਲਦੀ ਨੀ ਫੇਰ ਬਸ ਜਾਣੀ ਕਿਸੇ ਵੀ ਹਾਲਤ ਚ ਚਾਹੁੰਦਾ ਵੀ ਮੈਂ ਗੱਡੀ ਚ ਜਾਵਾਂ ਤੇ ਇਹ ਤਾਂ ਕਿਹੜਾ ਛੁੱਟੇ ਇੱਕ ਕੀ ਚੈੱਕ ਕਰ ਰਹੇ ਹੋ ਇਹ ਤਾਂ ਸਾਰਾ ਤੁਹਾਨੂੰ ਉੱਥੇ ਸਮਝਾ ਦੇਣਗੇ ਉਹ ਸਪੀਕਰ ਵੈਸੇ ਵਧੀਆ ਨੇ ਪਿੱਛੇ ਲੱਗੇ ਹੋਏ ਚਲੋ ਦੇਖਦੇ ਆ ਕੀ ਸਲਾਹ ਬਣਦੀ ਆ ਮੈਂ ਤੇ ਜੋਬਨ ਤਾਂ ਕਹਿੰਦੇ ਸੀ ਕਿ ਅਸੀਂ ਕਿਹੜੀ ਲੈਣੀ ਆ ਫੋਰਚੂਨਰ ਲੈਣੀ ਆ ਇੰਦਰਜੀਤ ਕਹਿੰਦੇ ਨਹੀਂ ਫੋਰਚੂਨਰ ਵਰਗੀ ਤਾਂ ਐਕਸਯੂ ਵੀ ਹੈਗੀ ਆ ਫੋਰਚੂਨਰ ਨੀ ਲੈਣੀ ਕਿਉਂਕਿ ਸੇਮ ਐਕਸਯੂ ਫੋਰਚੂਨਰ ਵਰਗੀ ਓ ਆ ਕੁਛ ਕਮੀ ਤਾਂ ਹੈ ਨੀ ਉਹਦੇ ਵਿੱਚ ਓਨੇ ਉਹ ਨੇ ਸਾਰੀਆਂ ਕੀ ਹੁੰਦੇ ਨੇ ਫੈਸਿਲਿਟੀਜ਼ ਨੇ ਉਹਦੇ ਵਿੱਚ ਸਾਰੀਆਂ ਲੱਗੀਆਂ ਹੋਈਆਂ ਵਧੀਆ ਅਸੀਂ ਕਹਿੰਦੇ ਸੀ ਫੋਰਚੂਨਰ ਲੈਣੀ ਆ ਇੰਦਰਜੀਤ ਕਹਿੰਦੇ ਫੇਰ ਉਹੀ ਲੰਬੀ ਗੱਡੀ ਹੋ ਜਾਣੀ ਆ ਉਹ ਵੀ ਥਾਰ ਲੈ ਲੈਣੇ ਆ ਇੱਕ ਜਦੋਂ ਆਪਾਂ ਤੇ ਬੱਚਿਆਂ ਨੇ ਜਾਣਾ ਉਹਦੇ ਲਈ ਵਧੀਆ ਆ ਦੇਖੋ ਹੁਣ ਕੀ ਕਰਾਂਗੇ ਹੈ ਮੂਡ ਦਾ ਖਰਾਬ ਹੋ ਗਿਆ ਥਾਰ ਨੀ ਦੇ ਗਏ ਉਹ ਲੈ ਕੇ ਉਹਦਾ ਦੁੱਧ ਲੈਣ ਗਿਆ ਚਾਹ ਥਾਰ ਨੀ ਹੈ ਕੀ ਹੋ ਗਿਆ ਥਾਰ ਲੈਣੀ ਹੈ ਪਿੱਛਾ ਕਰੀਏ ਦੁੱਧ ਲੈਣ ਗਏ ਆਉਂਦਾ ਵਾਪਸ ਹੀ ਬਸ ਖੋ ਲੈਣੀ ਹੁਣ ਆਪਾਂ ਖਾਣ ਲੱਗੇ ਆ ਸਮੋਸੇ ਚਾਹ ਦੇ ਨਾਲ ਜਸਵਿੰਦਰ ਦੇ ਬਰਥਡੇ ਦੇ ਢਿੱਲੀ ਬੈਠੀ ਆ ਬਰਥਡੇ ਵਾਲੀ ਅੱਜ ਚਲੋ ਵੀ ਚਲੋ ਚੱਕੋ ਇਹਨੂੰ ਥਾਰ ਨੀ ਦੇ ਕੇ ਗਏ ਇਸ ਲਈ ਇਹ ਤਾਂ ਜੀਏ ਨੀ ਕਰਦਾ ਹੈਗਾ ਕੁਛ ਖਾਣ ਨੂੰ ਚਲ ਕੋਈ ਨੀ ਆਪਾਂ ਖਵਾਉਂਦੇ ਆ ਇਹਨੂੰ ਆਪਾਂ ਆ ਗਏ ਉੱਪਰ ਮੌਸਮ ਦੀ ਬੜੀ ਖਰਾਬੀ ਹੋ ਰਹੀ ਆ ਠੰਡ ਜਾਣ ਦਾ ਨੌਂ ਹੀ ਨਹੀਂ ਲੈ ਰਹੀ ਹੈਗੀ ਅਸੀਂ ਕਹਿੰਦੇ ਕਿ ਠੰਡ ਚਲੀ ਜਾਵੇ ਤੇ ਫਿਰ ਜਾ ਕੇ ਜਲਦੀ ਜਲਦੀ ਵਾਪਸ ਆਵੇ ਤਾਂ ਕਿ ਵਿਆਹ ਵੇਲੇ ਫਿਰ ਗਰਮੀ ਨਾ ਹੋਵੇ ਉਦੋਂ ਗਰਮੀ ਝੱਲਣੀ ਔਖੀ ਹੋ ਜਾਣੀ ਸਾਡੇ ਬੰਦਿਆਂ ਦੇ ਤਾਂ ਬੀਪੀ ਉਹ ਵਧੀ ਜਾਣੇ ਨੇ ਉਦੋਂ ਅਗਰ ਉਦੋਂ ਗਰਮੀ ਹੋਈ ਤੇ ਚਲੋ ਕੋਈ ਨਹੀਂ ਦੇਖਦੇ ਹਾਂ ਹੁਣ ਤਾਂ ਬਾਕੀ ਹੁਣ ਆਪਾਂ ਬੱਚਿਆਂ ਨੂੰ ਨਵਾ ਦਈਏ ਹੈੱਡ ਵਾਸ਼ ਕਰ ਦਈਏ ਉਹਨਾਂ ਦੇ ਤਾਂ ਕਿ ਮੋਰਨਿੰਗ ਫਿਰ ਥੋੜ੍ਹਾ ਲੇਟ ਉੱਠਣਗੇ ਇਹ ਅਤੇ ਕੱਲ੍ਹ ਸਾਰਾ ਦਿਨ ਇਹਨਾਂ ਨੇ ਪੜ੍ਹਾਈ ਹੀ ਕਰਨੀ ਆ ਪਰਸੋਂ ਤੋਂ ਇਗਜ਼ਾਮ ਸਟਾਰਟ ਨੇ ਤਾਂ ਕਰਕੇ ਮੈਂ ਕਿਹਾ ਹੈੱਡ ਵਾਸ਼ ਦਾ ਜਿਹੜਾ ਮੇਨ ਕੰਮ ਆ ਉਹ ਹੁਣੇ ਕਰ ਦਿੰਦੇ ਆ ਡਰਾਈ ਕਰਕੇ ਬਾਅਦ ਆਰਾਮ ਨਾਲ ਪੈ ਜਾਣਗੇ